ਅੱਜ ਬਹੁਤ ਹੀ ਅਹਿਮ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੋਇਆਂ। ਸੋ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਬੈੱਲ ਆਈਕੋਨ 'ਤੇ ਕਰ ਦਿਓ ਕਲਿੱਕ ਜੇ ਤੁਸੀਂ ਨਵੇਂ ਜੁੜੇ ਹੋ ਤਾਂ। ਇਹ ਵੀਡੀਓ ਤੁਹਾਡੇ ਲਈ ਹੋਰ ਵੀ ਜ਼ਿਆਦਾ ਕੰਮ ਦੀ ਹੈ ਦੋਸਤੋ। ਆਪਣੀ ਕੋਸ਼ਿਸ਼ ਇਹੀ ਰਹਿੰਦੀ ਆ, ਇਸੇ ਮਕਸਦ ਦੇ ਨਾਲ ਆਪਾਂ ਇਹ ਕੰਮ ਕਰਦੇ ਪਏ ਹਾਂ ਕਿ ਕਿਸਾਨ ਭਰਾਵਾਂ ਦੇ ਜਿਹੜੇ ਖੇਤੀ ਖਰਚੇ ਆ, ਖੇਤੀ ਲਾਗਤਾਂ, ਉਹ ਆਪਾਂ ਘਟਾ ਸਕੀਏ। ਉਹਨਾਂ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਲਗਾਤਾਰ ਉਪਲਬਧ ਕਰਵਾਉਂਦੇ ਰਹੀਏ ਕਿ ਉਹਨਾਂ ਦੀਆਂ ਖੇਤੀ ਲਾਗਤਾਂ ਘਟਣ ਅਤੇ ਉਹ ਜਿਹੜੇ ਹੈਗੇ ਆ ਆਰਥਿਕ ਪੱਖੋਂ ਜਿਹੜਾ ਨੁਕਸਾਨ ਉਠਾਉਂਦੇ ਆ ਬਾਜ਼ਾਰ ਜਾ ਕੇ ਸਪਰੇਆਂ ਲਿਆ ਕੇ ਛਿੜਕਣ ਵਾਸਤੇ, ਉਹ ਨੁਕਸਾਨ ਉਹਨਾਂ ਨੂੰ ਨਾ ਉਠਾਉਣਾ ਪਵੇ। ਇਸੇ ਮਕਸਦ ਦੇ ਨਾਲ ਅੱਜ ਦੀ ਇਹ ਵੀਡੀਓ ਲਾਈਵ ਕੀਤੀ ਹੈ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ ਤਾਂ ਕਿ ਜ਼ਿਆਦਾ ਕਿਸਾਨ ਭਰਾਵਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ। ਦੋਸਤੋ, ਆਪਾਂ ਆਪਣੀਆਂ ਫਸਲਾਂ 'ਤੇ ਲੱਗਣ ਵਾਲੇ ਕੀੜਿਆਂ ਨੂੰ ਕੰਟਰੋਲ ਕਰਨ ਵਾਸਤੇ ਅਕਸਰ ਹੀ ਬਾਜ਼ਾਰ ਜਾਂਦੇ ਹਾਂ ਅਤੇ ਬਹੁਤ ਸਾਰੇ ਪੈਸੇ ਖਰਚ ਕੇ ਉੱਥੋਂ ਜ਼ਹਿਰਾਂ ਲੈ ਕੇ ਆਉਂਦੇ ਹਾਂ ਅਤੇ ਉਹਨਾਂ ਜ਼ਹਿਰਾਂ ਨੂੰ ਆਪਾਂ ਖੇਤਾਂ ਦੇ ਉੱਤੇ ਛਿੜਕਦੇ ਹਾਂ, ਜਿਹਦਾ ਸਾਡੀਆਂ ਫਸਲਾਂ ਨੂੰ ਵੀ ਨੁਕਸਾਨ ਹੁੰਦਾ, ਸਾਨੂੰ ਵੀ ਨੁਕਸਾਨ ਹੁੰਦਾ ਅਤੇ ਵਾਤਾਵਰਨ ਨੂੰ ਵੀ ਨੁਕਸਾਨ ਹੁੰਦਾ। ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਹਰ ਤਰ੍ਹਾਂ ਦੇ ਰਸ ਚੂਸਕ ਕੀੜੇ, ਹਰ ਤਰ੍ਹਾਂ ਦੀ ਫਸਲ ਨੂੰ ਲੱਗਣ ਵਾਲੇ ਜਿਹੜੇ ਰਸ ਚੂਸਕ ਕੀੜੇ ਆ ਉਹਨਾਂ ਤੋਂ ਆਪਾਂ ਘਰ ਹੀ ਦਵਾਈ ਬਣਾ ਕੇ ਕਿਵੇਂ ਛੁਟਕਾਰਾ ਪਾ ਸਕਦੇ ਹਾਂ, ਇਹ ਸਾਰੀ ਜਾਣਕਾਰੀ ਸਾਂਝੀ ਕਰਨ ਲੱਗਿਆ। ਸੋ ਇਕੱਲੀ ਗੱਲ ਨੂੰ ਨੋਟ ਕਰੋ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ। ਜਿਹੜਿਆਂ ਨੂੰ ਨਹੀਂ ਚੰਗੀ ਲੱਗਦੀ ਉਹ ਜਾ ਸਕਦੇ ਆ ਅਤੇ ਕੁਝ ਚਲੇ ਵੀ ਗਏ ਆ। ਅਤੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਦਵਾਈ ਬਣਨੀ ਕਿਵੇਂ ਹੈ। ਹਾਂਜੀ, ਤੁਸੀਂ ਇਹ ਦੇਖ ਰਹੇ ਹੋ ਇੱਕ ਨਿੰਮ ਹੈਗੀ ਆ, ਸਾਡੇ ਗੁਆਂਢੀਆਂ ਦੇ ਘਰ ਨਿੰਮ ਲੱਗੀ ਹੋਈ ਆ ਅਤੇ ਨਿੰਮ ਨੂੰ ਜਿਹੜਾ ਹੈਗਾ ਦੇਖ ਰਹੇ ਹੋਗੇ ਕਿ ਫਲ ਵੀ ਭਰਪੂਰ ਮਾਤਰਾ 'ਚ ਪਿਆ ਹੋਇਆ। ਜਿਹੜੇ ਵੀ ਪਿੰਡਾਂ ਦੇ ਵਿੱਚ ਕਿਸਾਨ ਭਰਾਵਾਂ ਦੇ ਘਰਾਂ 'ਚ ਨਿੰਮਾਂ ਲੱਗੀਆਂ ਹੋਈਆਂ, ਇਸ ਵੇਲੇ ਨਿੰਮਾਂ ਨੂੰ ਭਰਪੂਰ ਮਾਤਰਾ 'ਚ ਫਲ ਪਿਆ ਹੋਇਆ ਅਤੇ ਇਸ ਫਲ ਦਾ ਇਸਤੇਮਾਲ ਕਰਕੇ ਆਪਾਂ ਰਸ ਚੂਸਕ ਕੀੜਿਆਂ ਵਾਸਤੇ ਬੇਹੱਦ ਅਸਰਕਾਰਕ ਜਿਹੜੀ ਦਵਾਈ ਆ ਉਹ ਘਰ ਹੀ ਬਣਾ ਸਕਦੇ ਹਾਂ ਫ੍ਰੀ 'ਚ ਅਤੇ ਉਹਦਾ ਰਿਜ਼ਲਟ ਵੀ ਜਿਹੜਾ ਹੈਗਾ 100% ਹੈ। ਨਿੰਮ ਦੀਆਂ ਜਿਹੜੀਆਂ ਨਿਮੋਲੀਆਂ ਹੈਗੀਆਂ ਇਹਨਾਂ ਨੂੰ ਦੋਨਾਂ ਤਰ੍ਹਾਂ ਨਾਲ ਇਸਤੇਮਾਲ ਕੀਤਾ ਜਾ ਸਕਦਾ। ਜਦੋਂ ਇਹ ਕੱਚੀਆਂ ਉਦੋਂ ਵੀ ਇਹਨਾਂ ਤੋਂ ਦਵਾਈ ਬਣਾਈ ਜਾ ਸਕਦੀ ਹੈ ਅਤੇ ਜਦੋਂ ਇਹ ਪੱਕ ਕੇ ਇਸ ਕਲਰ ਦੀਆਂ ਹੋ ਕੇ ਝੜ ਜਾਂਦੀਆਂ, ਪੀਲੀਆਂ ਹੋ ਕੇ ਝੜ ਜਾਂਦੀਆਂ, ਆਪਾਂ ਉਦੋਂ ਵੀ ਇਹਦੇ ਤੋਂ ਦਵਾਈ ਬਣਾ ਸਕਦੇ ਹਾਂ। ਸੋ ਇਹ ਦਵਾਈ ਜਿਹੜੀ ਹੈਗੀ ਹੈ ਹਰ ਤਰ੍ਹਾਂ ਦੇ ਰਸ ਚੂਸਕ ਕੀੜਿਆਂ ਨੂੰ ਕੰਟਰੋਲ ਕਰਨ ਵਾਸਤੇ ਆ ਅਤੇ ਹਰ ਫਸਲ ਦੇ ਰਸ ਚੂਸਕ ਕੀੜਿਆਂ ਨੂੰ ਕੰਟਰੋਲ ਕਰਨ ਵਾਸਤੇ ਆ। ਹੁਣ ਮੈਂ ਤੁਹਾਨੂੰ ਦੱਸ ਦਿੰਦਾ ਵੀ ਨਿੰਮ ਦੇ ਵਿੱਚ ਹੁੰਦਾ ਕੀ ਹੈ। ਨਿੰਮ ਦੇ ਪੱਤਿਆਂ ਅਤੇ ਨਿੰਮ ਦੇ ਫਲ ਦੇ ਵਿੱਚ ਇੱਕ ਪਦਾਰਥ ਪਾਇਆ ਜਾਂਦਾ ਰਸਾਇਣ ਅਜੈਡਰੈਕਟਿਨ। ਇਹ ਜਿਹੜਾ ਰਸਾਇਣ ਹੈਗਾ ਇਹ ਰਸ ਚੂਸਕ ਕੀੜਿਆਂ ਦੀ ਜੰਮਣ ਸ਼ਕਤੀ ਨੂੰ ਖਤਮ ਕਰ ਦਿੰਦਾ। ਜੇ ਇਹ ਰਸਾਇਣ ਦੀ ਬਣੀ ਹੋਈ ਸਪਰੇਅ ਕੀੜਿਆਂ ਦੇ ਆਂਡਿਆਂ 'ਤੇ ਜਾ ਵੜੇ ਤਾਂ ਇਹ ਰਸਾਇਣ ਉਹਨਾਂ ਦੇ ਆਂਡਿਆਂ ਨੂੰ ਵੀ ਜਿਹੜਾ ਹੈਗਾ ਖਤਮ ਕਰ ਦਿੰਦਾ, ਉਹਨਾਂ ਦੇ ਵਿੱਚੋਂ ਬੱਚੇ ਨਹੀਂ ਨਿਕਲਣ ਦਿੰਦਾ। ਪੁਰਾਣੇ ਸਮਿਆਂ ਦੇ ਵਿੱਚ ਨਿੰਮ ਦਾ ਤੇਲ ਗਰਭ ਨਿਰੋਧਕ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਸੀ। ਸੋ ਇਸ ਦੀ ਜਿਹੜੀ ਇਹ ਖਾਸੀਅਤ ਹੈ ਕਿ ਇਹ ਜੰਮਣ ਸ਼ਕਤੀ ਨੂੰ ਖਤਮ ਕਰਦਾ, ਇਹਦਾ ਆਪਾਂ ਫਾਇਦਾ ਉਠਾਉਣਾ ਤਾਂ ਇਹਦਾ ਫਾਇਦਾ ਉਠਾਉਣ ਲਈ ਆਪਾਂ ਕਰਨਾ ਕੀ ਆ, ਜੇ ਤੁਹਾਨੂੰ ਹਰੀਆਂ ਨਿਮੋਲੀਆਂ ਮਿਲਦੀਆਂ ਤਾਂ ਹਰੀਆਂ ਨਿਮੋਲੀਆਂ ਜਿਹੜੀਆਂ ਹੈਗੀਆਂ ਤੁਸੀਂ ਲੈਣੀਆਂ 5 ਕਿਲੋ ਨਿਮੋਲੀਆਂ ਪ੍ਰਤੀ ਏਕੜ। ਇਹਨਾਂ ਨੂੰ ਕੁੱਟ ਕੇ ਇਹਨਾਂ ਦੀ ਬਣਾ ਲੈਣੀ ਆ ਚਟਨੀ। ਹਰੀਆਂ ਨਿਮੋਲੀਆਂ 5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕੁੱਟ ਕੇ ਇਹਨਾਂ ਦੀ ਚਟਨੀ ਬਣਾ ਲੈਣੀ ਹੈ। ਇਸ ਚਟਨੀ ਨੂੰ 10 ਲੀਟਰ ਵੇਸਟ ਡੀਕੰਪੋਜ਼ਰ ਜਾਂ ਇਸ ਚਟਨੀ ਨੂੰ ਆਪਾਂ 10 ਲੀਟਰ ਪਾਣੀ ਦੇ ਵਿੱਚ ਜਾਂ ਹੋਰ ਵੀ ਤਾਕਤਵਰ ਬਣਾਉਣਾ ਤਾਂ 10 ਲੀਟਰ ਪਸ਼ੂ ਮੂਤਰ ਦੇ ਵਿੱਚ ਪਾ ਕੇ 48 ਘੰਟੇ ਰੱਖਣਾ ਘੋਲ ਕੇ। ਇਸ ਚਟਨੀ ਨੂੰ ਆਪਾਂ 10 ਲੀਟਰ ਵੇਸਟ ਡੀਕੰਪੋਜ਼ਰ ਜਾਂ 10 ਲੀਟਰ ਪਾਣੀ
ਚਾਂ 10 ਲੀਟਰ ਪਸ਼ੂ ਮੂਤਰ 'ਚ ਮਿਕਸ ਕਰਕੇ 48 ਘੰਟੇ ਰੱਖਣਾ, ਵਿੱਚ ਦੀ 3-4 ਵਾਰੀ ਇਹਨੂੰ ਹਿਲਾ ਦੇਣਾ ਅਤੇ ਉਸ ਤੋਂ ਬਾਅਦ ਇਹਦਾ ਜਿਹੜਾ ਨਿਚੋੜ ਆ ਉਹ ਤੁਸੀਂ ਕੱਢ ਕੇ ਸਟੋਰ ਕਰ ਲੈਣਾ ਅਤੇ ਇਹ ਜਿਹੜਾ ਨਿਚੋੜ ਆ ਇਹ ਆਪਣੀ ਦਵਾਈ ਤਿਆਰ ਹੋ ਗਈ ਹੈ। ਤਾਂ ਏਕੜ ਦੀ 5 ਤੋਂ 6 ਲੀਟਰ ਇਹ ਦਵਾਈ ਤੁਸੀਂ 100 ਲੀਟਰ ਪਾਣੀ 'ਚ ਮਿਲਾ ਕੇ ਆਪਣੀ ਫਸਲ ਦੇ ਉੱਤੇ ਸ਼ਾਮ ਦੇ ਸਮੇਂ ਸਪਰੇਅ ਕਰਨੀ ਹੈ, ਹਰ ਫਸਲ ਦੇ ਉੱਤੇ ਹਰ ਤਰ੍ਹਾਂ ਦੇ ਰਸ ਚੂਸਕ ਕੀੜਿਆਂ ਦੀ ਰੋਕਥਾਮ ਲਈ। ਜੇਕਰ ਤੁਹਾਡੇ ਕੋਲ ਨਿੰਮ ਦੀਆਂ ਨਿਮੋਲੀਆਂ ਤੁਸੀਂ ਥੱਲੇ ਡਿੱਗਣ ਤੋਂ ਬਾਅਦ ਸੁੱਕੀਆਂ ਹੋਈਆਂ ਇਕੱਠੀਆਂ ਕੀਤੀਆਂ ਤਾਂ ਸੁੱਕੀਆਂ ਨਿਮੋਲੀਆਂ ਜਿਹੜੀਆਂ ਹੈਗੀਆਂ ਪ੍ਰਤੀ ਏਕੜ 3 ਕਿਲੋ ਨਿਮੋਲੀਆਂ ਤੁਸੀਂ ਉਹਨਾਂ ਦਾ ਪੀਸ ਕੇ ਪਾਊਡਰ ਬਣਾ ਲੈਣਾ ਅਤੇ ਪਾਊਡਰ ਬਣਾਉਣ ਤੋਂ ਬਾਅਦ ਉਹ ਜਿਹੜਾ ਪਾਊਡਰ ਹੈਗਾ ਉਹਨੂੰ ਇਸੇ ਤਰ੍ਹਾਂ ਹੀ 10 ਲੀਟਰ ਪਸ਼ੂ ਮੂਤਰ, 10 ਲੀਟਰ ਵੇਸਟ ਡੀਕੰਪੋਜ਼ਰ ਜਾਂ 10 ਲੀਟਰ ਪਾਣੀ 'ਚ ਮਿਕਸ ਕਰਕੇ 3 ਦਿਨ ਰੱਖਣਾ ਅਤੇ ਦਿਨ 'ਚ 1-2 ਵਾਰੀ ਹਿਲਾਉਂਦੇ ਰਹਿਣਾ ਅਤੇ ਇਸ ਤਰ੍ਹਾਂ ਇਹ ਤੁਹਾਡੀ ਦਵਾਈ ਤਿਆਰ ਹੋ ਜਾਏਗੀ। ਇਸ ਦਵਾਈ ਨੂੰ 5 ਤੋਂ 6 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਆਪਣੀ ਫਸਲ ਦੇ ਉੱਤੇ ਸਪਰੇਅ ਕਰਨਾ ਸ਼ਾਮ ਦੇ ਸਮੇਂ ਅਤੇ ਜਿਹੜੀ ਤੁਹਾਡੀ ਫਸਲ ਹੈਗੀ ਆ ਉਹਨੂੰ ਰਸ ਚੂਸਕ ਕੀਟਾਂ ਤੋਂ ਤੁਰੰਤ ਮੁਕਤੀ ਮਿਲੇਗੀ। ਨਰਮੇ ਵਾਲੇ ਕਿਸਾਨ ਵੀ ਇਹਨੂੰ ਇਸਤੇਮਾਲ ਕਰ ਸਕਦੇ ਆ, ਝੋਨੇ ਵਾਲੇ ਕਿਸਾਨ ਵੀ ਕਰ ਸਕਦੇ ਆ, ਸਬਜ਼ੀਆਂ ਵਾਲੇ ਵੀ ਕਰ ਸਕਦੇ ਆ, ਹਰ ਫਸਲ ਦੇ ਉੱਤੇ ਇਹਦਾ ਆਪਾਂ ਘੋਲ ਬਣਾ ਕੇ ਸਪਰੇਅ ਕਰ ਸਕਦੇ ਹਾਂ। ਸੋ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ। ਬੰਦੇ ਬਹੁਤ ਘੱਟ ਹੀ ਜੁੜੇ ਕਿਉਂਕਿ ਇੱਥੋਂ ਚੱਜ ਦੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ, ਇਸ ਕਰਕੇ ਲੋਕ ਸਾਡੇ ਨਾਲ ਘੱਟ ਜੁੜ ਕੇ ਰਾਜੀ ਆ। ਤਾਂ ਜਿੰਨੇ ਕੁ ਜੁੜੇ ਉਨਾ ਕਦਾ ਹੀ ਫਾਇਦਾ ਹੋ ਜੇ, ਉਨਾ ਹੀ ਵਧੀਆ। ਇੱਕ ਵੀਰ ਨੇ ਪੁੱਛਿਆ ਵੀ ਹੁਣ ਮੈਂ ਇੱਧਰ ਆਪਦੇ 'ਤੇ ਲੈ ਲੈਣਾ ਵੀਡੀਓ, ਇੱਕ ਵੀਰ ਨੇ ਪੁੱਛਿਆ ਵੀ ਸਬਜ਼ੀ ਨੂੰ ਸੁੰਡੀ ਲੱਗ ਜਾਂਦੀ ਆ, ਮੂੰਗੀ ਨੂੰ ਸੁੰਡੀ ਲੱਗ ਜਾਂਦੀ ਹੈ। ਬਾਈ ਤੁਸੀਂ ਮੇਰੀਆਂ ਵੀਡੀਓ ਲਗਾਤਾਰ ਨਹੀਂ ਦੇਖਦੇ ਅਤੇ ਮੈਂ ਪਿਛਲੇ ਕਈ ਵਰ੍ਹਿਆਂ ਤੋਂ ਤੁਹਾਨੂੰ ਦੱਸਦਾ ਆ ਰਿਹਾ ਕਿ ਮਿੱਟੀ ਦਾ ਜਿਹੜਾ ਘੋਲ ਹੈ, ਤੁਸੀਂ ਜੇ ਮਿੱਟੀ ਦੇ ਘੋਲ ਦੀ ਸਪਰੇਅ ਕਰੋ ਆਪਣੀਆਂ ਫਸਲਾਂ ਦੇ ਉੱਤੇ ਤਾਂ ਉਹ ਜਿਹੜੀ ਵੀ ਸੁੰਡੀ ਹਜੇ ਪੱਤਿਆਂ ਦੇ ਉੱਤੇ ਫਿਰਦੀ ਹੈ ਉਹਨੂੰ ਤੁਰੰਤ ਉਹ ਖਤਮ ਕਰਦਾ ਮਿੱਟੀ ਦਾ ਘੋਲ, ਠੀਕ ਹੈ। ਜੇ ਗੋਭ ਦੀ ਸੁੰਡੀ ਵੀ ਹਜੇ ਪੱਤਿਆਂ ਦੇ ਉੱਤੇ ਹੀ ਫਿਰਦੀ ਆ, ਗੋਭ 'ਚ ਨਹੀਂ ਬੜੀ ਅਤੇ ਤੁਸੀਂ ਮਿੱਟੀ ਦੇ ਘੋਲ ਦੀ ਸਪਰੇਅ ਕੀਤੀ ਹੋਈ ਹੈ ਤਾਂ ਜਿਵੇਂ ਹੀ ਮਿੱਟੀ ਗੋਭ ਦੀ ਸੁੰਡੀ ਦੇ ਅੰਦਰ ਜਾਏਗੀ ਉਹ ਸੁੰਡੀ ਵੀ ਮਰ ਜਾਏਗੀ। ਹੁਣ ਮਿੱਟੀ ਦਾ ਘੋਲ ਇੱਕ ਕਿਸਾਨ ਦੀ ਖੋਜ ਆ, ਉਹਨਾਂ ਦਾ ਨਾਂ ਹੈਗਾ ਡਾਕਟਰ ਚਿੰਤਲ ਵੈਂਕਟ ਰੈਡੀ, ਆਂਧਰਾ ਪ੍ਰਦੇਸ਼ ਦੇ ਕਿਸਾਨ ਆ। ਤਾਂ ਇਹ ਉਹਨਾਂ ਦੀ ਖੋਜ ਆ, ਮਿੱਟੀ ਦੇ ਘੋਲ ਨੂੰ ਬਣਾਉਣ ਦਾ ਤਰੀਕਾ ਮੈਂ ਦੱਸਿਆ ਹੋਇਆ, ਹੁਣ ਵੀ ਦੱਸ ਦਿੰਦਾ। ਵੀਡੀਓ ਨੂੰ ਸ਼ੇਅਰ ਕਰ ਦਿਉ ਯਾਰ, ਪੁੱਛੀ ਤਾਂ ਜਾਂਦੇ ਰਹਿੰਦੇ, ਉਹ ਵੀਡੀਓ ਸ਼ੇਅਰ ਕਰਨ ਵਾਰੀ ਤੁਸੀਂ ਮਾੜਾ ਜਿਹਾ ਕੰਜੂਸੀ ਕਰਨ ਲੱਗ ਜਾਂਦੇ ਆ। ਤਾਂ ਮਿੱਟੀ ਦਾ ਘੋਲ ਬਣਾਉਣ ਦੇ ਲਈ ਤੁਹਾਨੂੰ ਚਾਹੀਦੀ ਹੈ 3 ਫੁੱਟ ਤੱਕ ਦੀ 30 ਕਿਲੋ ਮਿੱਟੀ, 15 ਕਿਲੋ ਮਿੱਟੀ ਉੱਤੋਂ ਚਾਹੀਦੀ ਹੈ ਅਤੇ 15 ਕਿਲੋ ਮਿੱਟੀ ਹੇਠੋਂ ਚਾਹੀਦੀ ਹੈ, ਚੀਕਲੀ ਡਾਕਰ ਮਿੱਟੀ। 30 ਕਿਲੋ ਮਿੱਟੀ ਲੈ ਕੇ ਤੁਸੀਂ ਉਹਨੂੰ 200 ਲੀਟਰ ਪਾਣੀ 'ਚ ਘੋਲਣਾ, 5 ਮਿੰਟ ਘੋਲੀ ਜਾਣਾ। 5 ਮਿੰਟ ਲਗਾਤਾਰ ਇਹਨੂੰ ਘੋਲਣ ਤੋਂ ਬਾਅਦ ਫਿਰ ਤੁਸੀਂ ਮਿੱਟੀ ਵਾਲੇ ਪਾਣੀ ਨੂੰ 15-20 ਮਿੰਟ ਲਈ ਛੱਡ ਦੇਣਾ। 15-20 ਮਿੰਟਾਂ 'ਚ ਗਾਰ ਥੱਲੇ ਬਹਿ ਜੂਗੀ ਅਤੇ ਗੰਧਲਿਆ ਹੋਇਆ ਜਿਹੜਾ ਪਾਣੀ ਹੈ ਉਹ ਡਰੰਮ ਦੇ ਉੱਪਰ ਆ ਜਾਏਗਾ। ਹੁਣ ਉਸ ਪਾਣੀ ਨੂੰ ਸਾਰੇ ਦੇ ਸਾਰੇ ਪਾਣੀ ਨੂੰ ਉਹ 6 ਪੰਪਾਂ 'ਚ ਵੰਡਿਆ ਜਾਵੇ, 8 ਪੰਪਾਂ 'ਚ ਵੰਡਿਆ ਜਾਵੇ, ਐਜ਼ ਇਟ ਇਜ਼ ਜਿਵੇਂ ਤਿਵੇਂ ਸ਼ਾਮ ਦੇ ਸਮੇਂ ਆਪਣੀ ਫਸਲ ਦੇ ਉੱਤੇ ਸਪਰੇਅ ਕਰਨਾ। ਜਦੋਂ ਉਹਦੀ ਸਪਰੇਅ ਕਰੋਗੇ ਤਾਂ ਮਿੱਟੀ ਦੇ ਮਹੀਨ ਕਣ ਪੱਤਿਆਂ 'ਤੇ ਜੰਮ ਜਾਣਗੇ, ਜਿਹੜੇ ਰਸ ਚੂਸਕ ਕੀੜੇ ਆ ਅਤੇ ਸੁੰਡੀਆਂ ਹੁੰਦੀਆਂ ਇਹਨਾਂ ਦੇ ਲਿਵਰ ਅਤੇ ਫੇਫੜੇ ਨਹੀਂ ਹੁੰਦੇ, ਇਸ ਕਰਕੇ ਇਹ ਮਿੱਟੀ ਨੂੰ ਪਚਾ ਨਹੀਂ ਸਕਦੇ। ਜਿਵੇਂ ਮਿੱਟੀ ਇਹਨਾਂ ਦੇ ਅੰਦਰ ਜਾਂਦੀ ਆ ਇਹਨਾਂ ਦਾ ਜਿਹੜਾ ਹੈਗਾ ਅੰਦਰਲਾ ਸਿਸਟਮ ਤਬਾਹ ਹੋ ਜਾਂਦਾ ਅਤੇ ਕੀੜੇ ਮਰ ਜਾਂਦੇ ਆ। ਸੋ ਮਿੱਟੀ ਦੇ ਘੋਲ ਦੀ ਸਪਰੇਅ ਤੁਸੀਂ ਕਰੋਗੇ, ਇੱਕ ਤਾਂ ਉਹ ਤੁਹਾਡੇ ਕੀਟਾਂ ਦੀ ਰੋਕਥਾਮ ਕਰੇਗੀ ਅਤੇ ਨਾਲ ਦੀ ਨਾਲ ਤੁਹਾਡੀ ਫਸਲ ਨੂੰ ਤਾਕਤ ਵੀ ਦੇਵੇਗੀ। ਇਹ 2-in-1 ਕੰਮ ਆ ਜੀ। ਹੁਣ ਮੈਂ 2 ਕੁ ਕਮੈਂਟ ਜਿਹੜੇ ਹੈਗੇ ਆਏ ਹੋਏ ਉਹਨਾਂ ਦਾ ਮੈਂ ਹਿਸਾਬ ਕਿਤਾਬ ਦੇਖਾਂ ਕੀ ਪੁੱਛਿਆ। ਸਰ ਖੀਰਾ ਲੱਗਿਆ ਸੀ, ਉਸਦੀ ਜੜ੍ਹ ਖੋਖਲੀ ਹੋ ਕੇ ਬੂਟਾ ਸੁੱਕ ਜਾਂਦਾ। ਬਾਈ ਜੀ ਇਹਦਾ ਮਤਲਬ ਆ ਤੁਹਾਡੇ ਖੀਰੇ ਦੀ ਜੜ੍ਹ 'ਚ ਫੰਗਸ ਪੈ ਗਈ ਆ,
ਅਤੇ ਚਿੱਟੀ ਫਟਕੜੀ ਨੱਕੇ 'ਤੇ ਰੱਖ ਦਿਓ ਪਾਣੀ ਲਾਉਣ ਵੇਲੇ, ਉਹਦੇ ਨਾਲ ਉਹ ਫੰਗਸ ਖਤਮ ਹੋ ਜਾਏਗੀ। ਜੇਕਰ ਤੁਹਾਡਾ ਕੀੜਾ ਪੋਲੀ ਹਾਊਸ 'ਚ ਲੱਗਿਆ ਤਾਂ ਫਿਰ ਤੁਸੀਂ ਜੋ ਮਰਜ਼ੀ ਕਰੀ ਜਾਓ, ਅਤੇ ਫੰਗਸ ਖਤਮ ਨਹੀਂ ਹੋਏਗੀ। ਅਤੇ ਤੁਸੀਂ ਉਹਨੂੰ ਬਹੁਤ ਸਾਰਾ ਜ਼ਹਿਰਾਂ ਪਾ ਪਾ ਕੇ ਲੋਕਾਂ ਨੂੰ ਵੀ ਉਸ ਉਹ ਖੀਰਾ ਖਵਾ ਕੇ ਮਾਰੋਗੇ। ਅਤੇ ਜੇ ਤੁਹਾਡਾ ਓਪਨ 'ਚ ਲੱਗਿਆ ਤਾਂ ਉਸ ਖੀਰੇ ਦੀਆਂ ਜੜ੍ਹਾਂ 'ਚ ਪਾਣੀ ਲਾਉਂਦੇ ਸਮੇਂ ਚਿੱਟੀ ਫਟਕੜੀ ਰੱਖ ਦਿਓ ਨੱਕੇ 'ਤੇ, ਉਹਦੀਆਂ ਜੜ੍ਹਾਂ ਉਹਦੇ ਨਾਲ ਸਾਫ਼ ਹੋ ਜਾਣਗੀਆਂ ਅਤੇ ਵੇਲਾਂ ਚੱਲ ਪੈਣਗੀਆਂ। ਅਤੇ ਉੱਤੇ ਆਹੀ ਮਿੱਟੀ ਦੇ ਘੋਲ ਦੀ ਸਪਰੇਅ ਕਰੋ, ਪਾਥੀਆਂ ਦੇ ਪਾਣੀ ਦੀ ਸਪਰੇਅ ਕਰੋ, ਪਿੱਛੇ ਜੇ ਮੈਂ ਦੱਸਿਆ ਸੀ 2.5-2.5 ਇੱਕ ਵਾਲਾ ਫਾਰਮੂਲਾ, ਉਹਦੀ ਵੀ ਸਪਰੇਅ ਕਰ ਸਕਦੇ ਹੋ। ਉਹਦੇ ਨਾਲ ਬੂਟਿਆਂ ਨੂੰ ਤਾਕਤ ਮਿਲੇਗੀ। ਅਤੇ ਤੁਸੀਂ ਗਰਮੀ ਬਹੁਤ ਜ਼ਿਆਦਾ ਅਤੇ ਵੇਲਾਂ ਬੂਟਿਆਂ ਨੂੰ ਜੇ ਲੱਸੀ ਪਿਆ ਸਕੋ ਤਾਂ ਉਹਦਾ ਵੀ ਤੁਹਾਨੂੰ ਫਾਇਦਾ ਹੋਏਗਾ। ਹਾਂਜੀ, ਛੋਟੇ ਬੂਟਿਆਂ 'ਤੇ ਮਿੱਟੀ ਦੇ ਘੋਲ ਦੀ ਸਪਰੇਅ ਸ਼ੁਰੂ ਕਰ ਸਕਦੇ ਹੋ, ਕੋਈ ਚੱਕਰ ਨਹੀਂ ਗਾ। ਅਤੇ ਸੋ ਮੈਂ ਜਿਹੜੇ ਹੈਗੇ ਮੈਨੂੰ ਲੱਗਦਾ ਸਾਰੇ ਜਵਾਬ ਦੇ ਚੁੱਕਿਆ, 2-4 ਸਵਾਲ ਆਏ ਸੀ। ਅਤੇ ਇਹ ਜਿਹੜੀ ਮੈਂ ਸਪਰੇਅ ਤੁਹਾਨੂੰ ਬਣਾਉਣੀ ਦੱਸੀ ਆ, ਪਿੱਛੇ ਨਿੰਮ ਦਾ ਦਰੱਖਤ ਆ, ਇਹ ਗਟੋਲੀਆਂ ਅਜਾਈ ਨਾ ਜਾਣ ਦਿਓ, ਇਹਨਾਂ ਦਾ ਫਾਇਦਾ ਲਵੋ। ਅਤੇ ਇਹਨੂੰ ਤੁਸੀਂ ਵੱਧ ਤੋਂ ਵੱਧ ਮਾਤਰਾ 'ਚ ਬਣਾ ਕੇ ਸਟੋਰ ਕਰਕੇ ਰੱਖ ਸਕਦੇ ਹੋ, ਚਾਹੇ ਮਹੀਨਿਆਂ ਬੱਧੀ ਸਟੋਰ ਕਰੋ ਅਤੇ ਜਦੋਂ ਲੋੜ ਹੈਗੀ ਆ ਇਹਨੂੰ ਵਰਤ ਲਓ। ਜਦੋਂ ਇਹ ਦਵਾਈ ਬਣ ਗਈ ਇਹਦਾ ਨਿਚੋੜ ਕੱਢ ਕੇ ਇਹਨੂੰ ਏਅਰ ਟਾਈਟ ਭਾਂਡੇ 'ਚ ਸਟੋਰ ਕਰਕੇ ਰੂਮ ਟੈਂਪਰੇਚਰ 'ਤੇ ਰੱਖੋ। ਜਿੰਨੀ ਪੁਰਾਣੀ ਹੋਈ ਜਾਊਗੀ ਉਨੀ ਸਿਆਣੀ ਹੋ ਜਾਊਗੀ। ਅਤੇ ਦੋ ਕੁ ਮਹੀਨੇ ਤੱਕ ਇਹਨੂੰ ਤੁਸੀਂ ਸਟੋਰ ਕਰ ਸਕਦੇ ਹੋ। ਅਤੇ ਲੋੜ ਅਨੁਸਾਰ ਪ੍ਰਤੀ ਏਕੜ 5-6 ਲੀਟਰ ਇਹ ਦਵਾਈ ਜਿਹੜੀ ਹੈਗੀ ਆ 100 ਲੀਟਰ ਪਾਣੀ 'ਚ ਮਿਲਾ ਕੇ ਤੁਸੀਂ ਆਪਣੀਆਂ ਫਸਲਾਂ 'ਤੇ ਸਪਰੇਅ ਕਰਦੇ ਰਹੋ। ਸਪਰੇਅ ਸ਼ਾਮ ਨੂੰ ਕਰਨੀ ਹੈ ਅਤੇ ਇਹਦੇ ਨਾਲ ਤੁਹਾਡੀਆਂ ਫਸਲਾਂ ਨੂੰ ਜਿੱਥੇ ਰਸ ਚੂਸਕ ਕੀਟਾਂ ਤੋਂ ਨਜਾਤ ਮਿਲੇਗੀ, ਉੱਥੇ ਹੀ ਨਿੰਮ ਦੇ ਵਿੱਚ ਫਾਸਫੋਰਸ ਕਾਫੀ ਮਾਤਰਾ 'ਚ ਹੁੰਦੀ ਆ ਅਤੇ ਹੋਰ ਵੀ ਛੋਟੇ ਤੱਤ ਹੁੰਦੇ ਆ, ਉਹਦਾ ਵੀ ਜਿਹੜਾ ਹੈਗਾ ਤੁਹਾਡੀ ਫਸਲ ਨੂੰ ਫਾਇਦਾ ਹੋਏਗਾ। ਸੋ ਅੱਜ ਲਈ ਇੰਨਾ ਹੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਨੂੰ ਕਰ ਦਿਓ ਲਾਈਕ ਅਤੇ ਸ਼ੇਅਰ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਸ਼ੁਕਰੀਆ, ਸਤਿ ਸ਼੍ਰੀ ਅਕਾਲ।